ਵੀ ਦਰਸ਼ਕੋ ਤੁਹਾਨੂੰ ਬੰਦੇ ਨਾਲ ਮਿਲਾਉਣ ਲੱਗਾ ਰੂ ਰੂ ਕਰਾਉਣ ਲੱਗਾ ਦਰਸ਼ਕਾਂ ਦੀ ਫਰਮਾਇਸ਼ ਤੇ ਸੁੱਖ ਸੰਧੂ ਸਾਹਿਬ ਨਾਲ ਬੰਦੇ ਯਾਰ ਤੁਸੀਂ ਫੋਨ ਲੋਕਾਂ ਨੂੰ ਇੰਨੇ ਕੁ ਫੋਨ ਕੀਤੇ ਨਾ ਸੰਧੂ ਸਾਹਿਬ ਨੂੰ ਥੋੜਾ ਜਿਹਾ ਦਿਮਾਗ ਨੂੰ ਕੁਝ ਹੋ ਗਿਆ ਆ ਬਿਮਾਰ ਹੋ ਗਿਆ ਦਿਮਾਗੀ ਹੋ ਗਿਆ ਥੋੜੇ ਤੇ ਰੋਲ ਲੈਣ ਆਏ ਨੀਲੀ ਆ ਹੁਣ ਤੁਸੀਂ ਹਿਸਾਬ ਲਾ ਲਓ ਕਿਹੜੀ ਗੱਡੀ ਰੈਪ ਹੋਣੀ ਹੈ ਨੀਲੀ ਗੱਡੀ ਰੈਪ ਹੋਣ ਲੱਗੀ ਜੇ ਨੀਲੀ ਗੱਡੀ ਹੁਣ ਨੀਲੀ ਰਹਿਣੀ ਆ ਹੁਣ ਉਹਦਾ ਰੰਗ ਨੀ ਚੇਂਜ ਹੋਣਾ ਮੈਂ ਤਾਂ ਕਿਹਾ ਹੀ ਚੇਂਜ ਕਰ ਬਸ ਇੰਨੇ ਕਿ ਨਾ ਕੀ ਚੈੱਕ ਕਰਾਂਗੇ ਹੁਣ ਇੰਨੇ ਨਾ ਤੁਸੀਂ ਪੀਸ ਨੂੰ ਲਗਾ ਕੇ ਦੇਖਣਾ ਆਪਣਾ ਪੂਰਾ ਚਲੋ ਇੱਕ ਸੈਂਪਲ ਇਹ ਸੈਂਪਲ ਹੋ ਗਿਆ ਇਹ ਤਾਂ ਪਹਿਲਾਂ ਵੱਟ ਪਿਆ ਆ ਛੱਤੀ ਕੁਛ ਨਹੀਂ ਵੱਟ ਹੈਗਾ ਵਾ ਇਹ ਰੈਪਿੰਗ ਆ ਇਹ ਥੋੜਾ ਜਿਹਾ ਦੇ ਹੋਰ ਇੰਨਾ ਆ ਦੇਖੋ ਨਾ ਪਿੱਛੋਂ ਰੈਪਿੰਗ ਆ ਉਹ ਮੈਂ ਇੱਕ ਦਿਨ ਗੱਲ ਸਮਝ ਗਿਆ ਆ ਤਾਂ ਹੁਣ ਇੱਥੇ ਕੱਟ ਜਿਹਾ ਲੱਗੇ ਹੋਏ ਆ ਉਥੋਂ ਆ ਇਧਰੋਂ ਲਾ ਫੇ ਸਾਰੀ ਪੀਸ ਖਰਾਬ ਹੋ ਜਾਣਾ ਐ ਲਾ ਨਹੀਂ ਉਹ ਫਿਰ ਜ਼ਿਆਦਾ ਹੋਣਾ ਅੱਧਾ ਲੰਬੇ ਰੋਕ ਜਾਣਾ ਇਹ ਹਾਂ ਲੰਬੇ ਰੋਕ ਜਾਣਾ ਲੰਬੇ ਰੋਕ ਸਹੀ ਜਾਣਾ ਐਦਾਂ ਲੈ ਲੈ ਕੇ ਪਰ ਇੱਧਰ ਹੀ ਕਰ ਲਈ ਉਹ ਐਦਾਂ ਟੱਕ ਜੇ ਲਾ ਦੇ ਬਰੰਗ ਬਰੰਗ ਥੋੜੇ ਥੋੜੇ ਪੀਸ ਲਾ ਦਿੰਦੇ ਵੀ ਚਲੋ ਓਕੇ ਚੱਲ ਹੋਰ ਥੋੜਾ ਜਿਹਾ ਦੇ ਦੇ ਯਾਰ ਸਕੋਰਪੀਓ ਦੇ ਓਰੀਜਨਲ ਵੀਲ ਤੇ ਟਾਇਰ ਉਹ ਲੱਗੇ ਪਾਉਣ ਇਹਦਾ ਨਾਂ ਕੀ ਭਾਜੀ ਵੀਲ ਦਾ ਮੇਰੇ ਭਾਜੀ ਥਾਰ ਨੂੰ ਮੇਰੇ ਖਿਆਲ ਨਾਲ ਸੀਗੇ ਯਾਰ ਇਹਦੇ ਨਾਲ ਦੇ ਹਨਾ ਵਧੀਆ ਚੱਲਦੇ ਆ ਥੋੜਾ ਜਿਹਾ ਵੱਡਾ ਲੱਗਦਾ ਸਾਰਿਆਂ ਨਾਲ ਹਨਾ ਟਾਇਰ ਪਸੰਦ ਕਰਨਾ ਇਹ ਸੰਧੂ ਸਾਹਿਬ ਟਾਇਰ ਪਸੰਦ ਕਰਾਉਂਦੇ ਠੀਕ ਹੈ ਠੀਕ ਹੈ ਆਹ ਪਸੰਦ ਆਉਂਦਾ ਹਨਾ ਚੱਕ ਦੇਣੇ ਫਿਰ ਇਹ ਵੀਰੇ ਹਜੇ ਸੋਚ ਵਿਚਾਰ ਕਰੂੰਗੇ ਠੀਕ ਹੈ ਠੀਕ ਹੈ ਦੇਖ ਲੂਗੇ ਭਰਾ ਲੈ ਬਈ ਸੰਧੂ ਸਾਹਿਬ ਨੇ ਨਾ ਵੀਲ ਪਵਾਲੇ ਆ ਸਕੋਰਪੀਓ ਨੂੰ ਤਾਂ ਸਾਰੇ ਜਾਣੇ ਜਾਣ ਹੁਣ ਵਧਾਈਆਂ ਦੇ ਦਿਓ ਇਹ ਬਾਹਰੋਂ ਇੰਪੋਰਟ ਹੋਏ ਸੀ ਜਿਹੜੇ ਵੀਲ ਉਹ ਆ ਤੇ ਬਾਬੇ ਆ ਫੜਿਓ ਆ ਉੱਪਰ ਰੱਖ ਦੇ ਭਾਜੀ ਆ ਫੜਿਓ ਉੱਪਰ ਰੱਖ ਦੇ ਆ ਫੜੀ ਭਾਜੀ ਤੇ ਪੁਰਾਣੇ ਟਾਇਰ ਤੇ ਵੀਲ ਨਾਲ ਹੀ ਦਿੱਤੇ ਨਹੀਂ ਆ ਆ ਦੇਖ ਲਓ ਜੀਪਾਂ ਇੱਦਾਂ ਹੁੰਦੀਆਂ ਦੇਖੋ ਟਰਬੋ ਵਿੱਚ ਘੁੰਮਦੇ ਆ ਡਿੱਕੀਆਂ ਦੇ ਹੈ ਹਾਂ ਇੰਨੇ ਬਾਹਰ ਨਿਕਲੇ ਸਕੋਰਪੀਓ ਤੋਂ ਸੋਹਣੀ ਲੱਗਦੀ ਹੁਣ ਬਾਕੀ ਚਲਾ ਕੇ ਪਤਾ ਲੱਗੂਗਾ ਭੁੱਖੇ ਮਾਰਿਆ ਚਲੋ ਚਲੀਏ ਹਵੇਲੀ ਚਲੋ ਚਲੋ ਹੁਸ਼ਿਆਰਪੁਰੋਂ ਪਹੁੰਚੇ ਹੋਏ ਆ
ਚਲੋ ਚੱਲੀਏ ਭਾਜੀ ਚਲੋ ਚੱਲਣਾ ਉਹ ਕੱਢੋ ਬਾਹਰ ਬੰਦੇ ਫਿਰ ਬਾਈਆਂ ਦੀ ਵੀ ਗੱਡੀ ਆਉਣੀਆਂ ਹੁਣ ਚੱਲ ਛੇਤੀ ਰੋਡ ਤੇ ਚੜਨ ਵਾਲੀ ਆ ਕੱਟੀ ਮੋੜ ਨਹੀਂ 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 ਦੂਜੇ ਬੰਨੇ ਨੂੰ ਇੱਧਰ ਨੂੰ ਨਹੀਂ ਲੱਗਦੀ ਹੈ ਨਾ ਇੱਧਰ ਨੂੰ ਨਹੀਂ ਇੱਧਰ ਇੱਧਰ ਨੂੰ ਲੱਗਦੀ ਆਹੋ 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 ਦੂਜੇ ਬੰਨੇ ਕੱਟ ਭਾਜੀ ਆ ਵੀ ਲੱਗਦੀ ਆ ਲੱਗਦੀ ਹੈ ਲੱਗਦੀ ਫਿਰ ਜਸੇ जलंधर च दो हवेलियां बन गईयां दूजी हवेली जिहड़ी शहर दे विच आ ते उत्थे प्रशादा लगे छक स्कॉर्पियो टायर पाके गड्डी उच्ची लगन दी है ना ਅਤੇ ਆਪਣੇ ਹੁਸ਼ਿਆਰਪੁਰੋਂ ਜਿਹੜੇ ਭਰਾ ਇਹ ਆ ਇਹ ਵੀ ਜੀਪ ਤਿਆਰ ਕਰਵਾਉਂਦੇ ਆ ਥਾਰ ਥਾਰ ਹੀ ਆ ਯਾਰ ਜਿੱਦਾਂ ਵੀ ਆ ਲਾਗੇ ਕੋਈ ਗੱਡੀ ਆਉਂਦੀ ਦੇਖ ਲਾ ਪਰਾਂ ਹੀ ਲੰਘਦੇ ਆ ਵੀ ਲੱਗ ਜਾਣੇ ਆ ਟਾਇਰਾਂ ਟੂਰਾਂ ਚੱਲਣ ਲੱਗ ਜਾਏ ਆਪਾਂ ਬਚਾਉਂਦੇ ਰਹੀਦਾ ਗੱਡੀ ਨੂੰ ਹੈਂ ਆਪਾਂ ਨੂੰ ਥਾਰ ਹੀ ਸੈੱਟ ਰਹਿਣੀ ਆ ਕਿ ਨਹੀਂ ਕੀ ਸਲਾਹ ਤੇਰੀ ਕੀ ਕਹਿੰਦਾ ਤੂੰ ਫਾਈਵ ਡੋਰ ਫਾਈਵ ਡੋਰ ਉਹ ਨਹੀਂ ਆਪਾਂ ਆਪਾਂ ਰਹਿ ਨਹੀਂ ਹੁੰਦਾ ਹੁਣ ਥਰੀ ਡੋਰ ਹੀ ਚੱਕ ਲਿਆਉਣੀ ਆ ਹਾਂ ਕਾਲੀਆਂ ਗੱਡੀਆਂ ਤੇ ਓਹੀ ਤੇ ਨਹੀਂ ਹੋ ਗਿਆ ਸੀਨ ਕੀ ਨਾਮ ਉਹਦਾ ਜਿਹੜਾ ਮੁੰਨਾ ਬਾਈ ਵਾਲੀ ਕੀ ਨਾਮ ਉਹਦਾ ਮਿਰਜ਼ਾਪੁਰ ਮਿਰਜ਼ਾਪੁਰ ਪਿੱਛੇ ਘੁੰਮਣਾ ਚਾਹੀਦਾ ਅੱਜ ਸਾਂਝਾ ਆ ਯਾਰ ਕੱਢੋ ਸੌ ਸੌ ਰੁਪਏ ਭਾਜੀ ਤੇ ਪਾਉਣਾ ਮੇਨ ਭਾਜੀ ਹੋਣਾ ਚਾਹੀਦਾ ਫਿਰ ਆਪਾਂ ਨੂੰ ਐਂਟਰੀ ਮਿਲਣੀ ਹੁੰਦੀ ਬਸ ਹੁਣ ਆਪਾਂ ਭਾਜੀ ਨੂੰ ਆਹ ਵੀਡੀਓ ਦਿਖਾ ਦੇ ਠੀਕ ਹੈ ਭਾਜੀ ਹਵੇਲੀ ਦਾ ਹਵੇਲੀ ਹਾਂ ਇਹਨੂੰ ਮਿਲੋ ਆ ਕੇ ਜਿਹਨੇ ਵੀ ਅੰਦਰ ਕੋਈ ਪ੍ਰੋਬਲਮ ਹੁੰਦੀ ਇਹਨਾਂ ਗੱਲ ਕਰ ਲਓ ਸਾਡਾ ਨਾਂ ਲੈ ਦੋ ਰੁਪਈਏ ਦਾ ਵਾਧੂ ਲੱਗਣਗੇ ਦੱਸਣ ਲੱਗੇ ਆ ਕਿਹੜੇ ਕਿਹੜੇ ਮਹੀਨੇ 'ਚ ਜਨਮ ਹੋਇਆ ਸੀ ਦੇਸੀ ਭਾਦੋ ਤਾਂ ਹੀ ਭਾਈ ਤੁਸੀਂ ਭਾਦੋ ਹੋ ਭਾਦੋ ਪਤਾ ਨਾ ਹੋਇਆ ਹੁਣ ਤੁਸੀਂ ਦੱਸੋ ਤੁਹਾਡਾ ਕਿਹੜੇ ਮਹੀਨੇ 'ਚ ਹੋਇਆ ਰਾਮ
ਸੱਚੀ ਹੱਥ ਦੇ ਜਾ ਲੋਕਾਂ ਨੂੰ ਪਤਾ ਆ ਤੁਹਾਡੇ ਜਨਮ ਦਿਨ ਕਦੋਂ ਹੁੰਦਾ ਕੱਤਾ 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 ਤਦੇ ਬੜਾ ਵਹਿਮੀ ਹੈ ਇਹ ਆਪਣਾ नहीं बसाख अप्रैल च मई च अप्रैल अप्रैल लास्ट वीडियो बना लिए सारे दी वीडियो वीडियो फिलो वीडियो बना लिए सारे वीडियो मुंडा समान नहीं लिया के दिंदा रात रात बारह में आया मुंडा हवेली पक्की बंद करा के मैं क्या ओके फिर बाय बाय कंधा ना हम खड़े हो गए दोवे जाने आयो फिर हुशियारपुर वाले नूं रात गाउणा आपां पिंड पहुंच गए धुंद देखो किदां पई आ इत्थे हैं ਉਹਦਾ ਵਧੀਆ ਲੱਗਣ ਦੇ ਨਾ ਠੰਡਾ ਠੰਡਾ ਆਪਾਂ ਦੇਖੀ ਨਹੀਂ ਬਹੁਤ ਟਾਈਮ ਦੋ ਤਿੰਨ ਹਫ਼ਤੇ ਹੋ ਗਏ ਦੇਖੀ ਨੂੰ ਹਾਂ 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 ਸਿਮ ਸਿਮ ਖੁੱਲ ਜਾ ਸਿਮ ਸਿਮ ਉਹ ਲੈ ਬਿੱਲੀਆਂ ਘੁੰਮਣ ਲੱਗੇ ਰਾਤ ਦੇ ਵੱਜ ਗਏ 12 ਬਿੱਲੀਆਂ ਦਾ ਨਿਕਲਣਾ ਟਾਈਮ ਇਹ ਰਾਤ ਨੂੰ ਵਧੀਆ ਲੱਗਾ ਆਹ ਹੀ ਆ ਬਸ ਹੁਣ ਦੋ ਚਾਰ ਦਿਨ ਧੁੰਦ ਧੁੰਦ ਤਾਂ ਪਤਾ ਨਹੀਂ ਕਿੱਦਾਂ ਅੱਜ ਵਾਕਈ ਠੰਡ ਨੂੰ ਤਰਸ ਜਾਣਾ ਆ ਬੁੱਲਾ ਜਿਹਾ ਆਇਆ ਤੇ ਫੇਰ ਗੈਪ ਹੋ ਗਈ ਧੁੰਦ ਹਨਾ ਗਰਮੀ ਐ ਨਹੀਂ ਬਾਅਦ ਚ ਠੰਡ ਦੇਖਣੀ ਆਪਾਂ ਚਲ ਠੀਕ ਆ ਲੈ ਵੀ ਰਾਤ ਦੇ ਵੱਜੇ 12:30 ਤੇ ਮੈਂ ਤਾਂ ਕੁੱਤਿਆਂ ਨੂੰ ਇਕੱਠੇ ਕਰਦੇ ਹੁੰਦੇ ਆ ਫਿਰ ਦੌੜ ਗਿਆ ਸੀ ਇਹਨੂੰ ਫਿਰ ਇੱਥੋਂ ਗਲੀ ਜੀ 'ਚੋਂ ਫੜ ਕੇ ਲੈ ਕੇ ਆਏ ਓਏ ਤੂੰ ਦੌੜ ਜਾਂਦੀ ਆ ਹੈਂ ਪਤੜੀ ਗਈ ਤੇਰੇ ਕੰਨ ਮਰੋੜਨ ਵਾਲੇ ਹੋ ਗਏ ਤੁਹਾਡੇ ਕੰਨ ਮਰੋੜਨ ਵਾਲੇ ਹੋ ਗਏ ਟਾਈਮ ਸਿਰ ਘਰੇ ਆ ਜਾਂਦੇ ਤੇ ਲੋਕ ਲੰਗਾ ਉਹ ਦੂਜੀ ਜਿਹੜੀ ਆ ਭੂਟੋ ਉਹਨੂੰ ਕਿਸੇ ਨੇ ਮੈਨੂੰ ਲੱਗਦਾ ਵੱਜੀ ਇੱਥੇ ਕਿਸੇ ਦੇ ਵਿੱਚ ਸੜਕ ਦੇ ਉੱਤੇ ਉਹ ਵੀ ਅਸਲੀਆਂ ਪੁਸਲੀਆਂ ਲੱਗਦਾ ਉਹਨੂੰ ਹਲਾ ਲਈਆਂ ਉਹਨੇ ਮਾਰਨ ਦੀ ਉਹ ਵੀ ਹੁਣ ਜਾ ਕੇ ਦਿਖਾਉਂਦਾ ਤੁਹਾਨੂੰ ਓਏ ਤੰਗ ਕੀਤਾ ਪਿਆ ਹੈ ਤੀਜੀ ਚੌਥੀ ਵਾਰੀ ਇਹਨੂੰ ਚੱਕ ਕੇ ਲੈ ਕੇ ਆ ਤਾਂ ਉੱਥੇ ਕਿੱਥੇ ਵੜੀ ਸੀ ਫੇਰ ਮੈਂ ਤਾਂ ਉੱਦਾਂ ਹੀ ਗੱਡੀ ਖੜੀ ਕਰਕੇ ਮੈਂ ਕਿਹਾ ਚੱਲ ਦੇਖ ਕੇ ਜਾਣਾ ਇਹਨਾਂ ਨੂੰ ਉਹ ਸਾਹ ਹੀ ਔਖੇ ਔਖੇ ਲੈਂਦੀ ਸੀ ਭੂਟੋ ਉਹ ਵੱਜੀ ਇੱਥੇ ਕਿਤੇ ਵੱਜੀ ਹੋਣੀ ਸੱਚੀ ਗੱਲ ਬਸ ਇਹਨੇ ਹੁਣ ਵੱਡੇ ਹੋ ਹੁੰਦੇ ਇਹਨੇ ਛੱਡ ਦੇਣਾ ਉਹਨਾਂ ਨੂੰ ਹੁਣ ਕੁੱਤਿਆਂ ਨੂੰ ਮਿੱਠੀ ਪੂਟੋ ਸੱਟਾਂ ਲਵਾ ਕੇ ਘੂੰ ਘੂੰ ਕਰ ਇਹੀ ਕਰਨੀ ਨਾ ਘੂੰ ਘੂੰ ਇਹਦੇ ਇੱਥੇ ਹੱਥ ਲੱਗੀ ਨਾ ਇਹਦੇ ਪੀੜ ਹੁੰਦੀ ਇੱਧਰ ਆ ਪੁੱਟਿਆ ਜਾ ਤੂੰ ਵੀ ਮੈਂ ਵੀ ਬਾਹਰ ਦੌੜਿਆ ਫਿਰਦਾ ਜੇ ਤਾਂ ਇਹਦਾ ਢਿੱਡ ਇਹਦਾ ਢਿੱਡ ਮੋਟਾ ਨਾ ਫਿਰ ਇਹਨਾਂ ਨੇ ਖਾਧਾ ਵੀ ਆ ਅਤੇ ਇਹਦਾ ਵੀ ਢਿੱਡ ਮੋਟਾ ਹੀ ਆ ਫਿਰ ਥੋੜ੍ਹੀ ਲੱਗੀ ਸੱਟ ਉੱਦਾਂ ਸੱਟ ਲੱਗ ਗਈ ਉਹਦੀ ਜੇ ਤੁਰਨ ਫਿਰਨ ਲੱਗ ਪਈ ਫਿਰ ਵੱਜੂਗੀ
ਤੂੰ ਮਮਾ ਹੀ ਵਿਆਹ ਦੇ ਉੱਤੇ ਇਹ ਉਹ ਦੂਜਾ ਠੀਕ ਆਇਆ ਤਾਂ ਤੈਨੂੰ ਕੀ ਹੋਇਆ ਕਿੱਥੇ ਚੱਲ ਜਾਂਦਾ ਉਹ ਡਰ ਜਾਂਦਾ ਆ ਚੱਲ ਸੌ ਜਾ ਤੂੰ ਵੀ ਹੁਣ ਇਹਨੂੰ ਭੇਜ ਕੇ ਚੱਲ ਸੌ ਜਾ ਕਿੱਥੇ ਜਾ ਕੇ ਉਹਦੇ ਇਹ ਤੂੰ ਇੱਧਰ ਆ ਜਾ ਭੈਣ ਨੂੰ ਤਾਂ ਠੀਕ ਨਹੀਂ ਤੂੰ ਬਿਮਾਰ ਹੋਣਾ ਉਹਦੇ ਵਿੱਚ ਵੜ ਕੇ ਕਿਉਂ ਇੱਧਰ ਇਕੱਲੀ ਨੂੰ ਪਾਦੇ ਇਹਨੂੰ ਰਾਹ 'ਚ ਨਾ ਨਾ ਇੱਥੋਂ ਤਾਂ ਲੰਘਦੇ ਆ ਇਹਦੇ ਉੱਤੇ ਚੜ ਜਾਂਦੇ ਆ ਕੇ ਸਿੱਧੇ ਇੱਧਰ ਪਾਦੇ ਇਹਨੂੰ ਸਾਈਡ ਇੱਧਰ ਉਹਨੇ ਕੁੱਤੀ ਨੇ ਪੈਣਾ ਕੇ ਇਹਦੇ ਉੱਤੇ ਪੈ ਜਾਣਾ ਮੁੜ ਕੇ ਪਾਦੇ ਇਹਨੂੰ ਇੱਥੇ ਰਹਿਣ ਦੇ ਛੱਡ ਦੇ ਚੱਲ ਇੱਥੇ ਪੈ ਜਾ ਆ ਜਿਹੜਾ ਢਿੱਡ ਦੀ ਆ ਦੇ ਸਾਹ ਦੇ ਕਿੱਦਾਂ ਲੈਂਦੀ ਆ ਦਰਦ ਹੁੰਦੀ ਹੋਣੀ ਹੁਣ ਉਹਦੇ ਹੁਣ ਇੱਥੇ ਕਿਹੜਾ ਆਪਣੇ ਕੋਲ ਕੁਛ ਪੇਨ ਕਿਲਰ ਹੈਗਾ ਜਿਹੜਾ ਉਹਨੂੰ ਦੇ ਦੇਣਾ ਵਿਚਾਰੀ ਨੂੰ ਤੇ ਵੀ ਮੈਨੂੰ ਦੱਸ ਤਾਂ ਅੱਧੀ ਰਾਤ ਨਾ ਮੈਨੂੰ ਨੀਂਦ ਆ ਬਿਨਾਂ ਹੋਰ ਮੈਂ ਤਾਂ ਸੁੱਤੀ ਆ ਨਹੀਂ ਬਚਣਾ ਚੰਗੀ ਭਲੀ ਜਿਹੜੀ ਇਹ ਵੀ ਟੰਗਾ ਬੜਾ ਕੇ ਬਹਿ ਗਈ ਆ ਹੁਣ ਚੱਲ ਤੂੰ ਵੀ ਬਹਿ ਜਾ ਬਹੁਤ ਚੈਰ ਲਿਆ ਵਾ ਆਪ ਬਚ ਗਈ ਆ ਤਾਂ ਉਹਨੂੰ ਨੀ ਸੀ ਬਚਾਉਣਾ ਮੱਛਰ ਖਾਣ ਲੱਗੀ ਆਪ ਬਚ ਗਈ ਆ ਨਾਲ ਉਹਨੇ ਖੇਡਦੀ ਸੀ ਤੈਨੂੰ ਨੀ ਪਤਾ ਉਹਨਾਂ ਵੀ ਧਿਆਨ ਰੱਖਣਾ ਹੁਣ ਬੜੀ ਚਾਹ ਦੇ ਵਿੱਚ ਡਰੀ ਇਹ ਵੀ ਯਾਦ ਜਾਂ ਤਾਂ ਕੋਈ ਕੁੱਤਾ ਅੰਦਰ ਆਇਆ ਤੇ ਜਾਂ ਇਹ ਵੱਜੀ ਕਿਸੇ 'ਚ ਹੁਣ ਇਹ ਨਹੀਂ ਪਤਾ ਕੀ ਹੋਇਆ ਗਏ ਬਾਹਰ ਹੀ ਆ ਜਾਂ ਤਾਂ ਬਾਹਰ ਕੁੱਤੇ ਪੈ ਗਏ ਆ ਇਹਨਾਂ ਨੂੰ ਆ ਵੀ ਤਾਂ ਬਾਹਰੋਂ ਹੁਣ ਚੁੱਕ ਕੇ ਲਿਆਂਦੀ ਆ ਆਹ ਦੌੜਾਈ ਹੋਣੀ ਆ ਇਹ ਥੋੜ੍ਹੀ ਵੱਡੀ ਆ ਨਾ ਅਤੇ ਫੜੀ ਗਈ ਆ ਕਿਉਂਕਿ ਮੋਟਰਸਾਈਕਲ ਸੂਕਲ ਦੀ ਕੋਈ ਆਵਾਜ਼ ਨਹੀਂ ਆਈ ਬ੍ਰੇਕ ਵੱਜਣ ਦੀ ਕਿਸੇ ਦੀ ਵੀ ਹਾਂ ਤਾਂ ਹੀ ਆ ਵੀ ਡਰੀ ਫਿਰਦੀ ਆ ਉੱਦਾਂ ਕਾਹਤੋਂ ਡਰਨਾ ਸੀ ਪਤਾ ਨਹੀਂ ਸੱਟ ਦਾ ਆ ਦੇਖ ਨਾ ਰਗੜ ਲੱਗੀ ਆ ਪਤਾ ਨਹੀਂ ਕੀ ਆ ਇਹ ਇੰਨੀ ਕਿ ਰਗੜ ਲੱਗੀ ਲੱਗਣੀ ਸੀਗੀ ਜਾਂ ਤੈਨੂੰ ਕੁੱਤੇ ਨੇ ਖੜ ਕੇ ਨਾ ਐ ਕਰਤਾ ਤਾਂ ਵੀ ਵੀਡੀਓ ਤੁਸੀਂ ਸਾਰਿਆਂ ਨੇ ਵੇਖ ਲਈ ਆ ਕੱਲ੍ਹ ਪਤਾ ਕਿ ਮੈਂ ਲੇਟ ਆਇਆ ਅਤੇ ਕੁੱਤਿਆਂ ਨੂੰ ਨਾ ਸਿਮਰ ਨੇ ਰੋਟੀ ਪਾਣੀ ਪਾ ਕੇ ਅਤੇ ਉਹ ਸੌ ਗਏ ਸੀਗੇ ਸਾਡਾ ਬੂਹਾ ਖੁੱਲ੍ਹਾ ਸੀਗਾ ਮੈਨੂੰ ਲੱਗਦਾ ਉੱਥੋਂ ਕੋਈ ਨਾ ਕੁੱਤਾ ਆਇਆ ਅੰਦਰ ਅਤੇ ਉਹਨੇ ਨਾ ਇਹਨੂੰ ਛੋਟੀ ਕੁੱਤੀ ਨੂੰ ਫੜ ਕੇ ਅਤੇ ਇੱਦਾਂ ਇੱਦਾਂ ਜਿੱਦਾਂ ਕੁੱਤੇ ਕਰਦੇ ਨਹੀਂ ਹੁੰਦੇ ਉਹਨੂੰ ਨਾ ਮਚਕੋੜ ਦਿੱਤਾ ਕਹਿ ਲਓ ਹੈ ਨਾ ਬਾਕੀ ਪਤਾ ਨਹੀਂ ਲੱਗਾ ਸਾਨੂੰ ਸਮਝ ਨਹੀਂ ਲੱਗੀ ਬਾਹਰ ਗਏ ਨਹੀਂ ਕੋਈ ਆਵਾਜ਼ ਨਹੀਂ ਆਈ ਅਤੇ ਮੈਂ ਆ ਕੇ ਜਦੋਂ ਆ ਕੇ ਦੇਖਿਆ ਗੱਡੀ ਖੜੀ ਕੀਤੀ ਅਤੇ ਉਹਦੇ ਨਾ ਤੁਰਦੀ ਨਹੀਂ ਸੀਗੀ ਸਾਹ ਔਖੇ ਔਖੇ ਲੈਂਦੀ ਸੀ ਜਦੋਂ ਮੈਂ ਦੇਖਿਆ ਤਾਂ ਉਹਦੇ ਇੱਥੇ ਨਾ ਉਹਨੂੰ ਘੁੱਟਣ ਦਾ ਉਹਦੇ ਦੰਦਾਂ ਦਾ ਨਿਸ਼ਾਨ ਵੀ ਹੈਗੇ ਆ ਅਤੇ ਪਸਲੀਆਂ ਮੈਨੂੰ ਤਾਂ ਲੱਗਦਾ ਪਸਲੀਆਂ ਦਾ ਕੰਮ ਕਰਤਾ ਕਿਉਂਕਿ ਉਹ ਕੋਈ ਤੁਰਿਆ ਨਹੀਂ ਜਾਂਦਾ ਹੁਣ ਬੈਠੀ ਦਿੰਦੀ ਆ ਬਾਕੀ ਡਾਕਟਰ ਕੋਲ ਲੈ ਕੇ ਜਾਂਦੇ ਆ ਹੁਣ ਉੱਦਾਂ ਸਾਰੇ ਠੀਕ ਹੋ ਗਏ ਆ ਜਿਹੜਾ ਵਾਇਰਸ ਜਿਹਾ ਸੀਗਾ ਉਹ ਸਾਰਿਆਂ 'ਚੋਂ ਨਿਕਲ ਗਿਆ ਇੱਕ ਦਾ ਰਹਿ ਗਿਆ ਮਾੜਾ ਜਿਹਾ ਉਹਨੂੰ ਇੱਕ ਅੱਧੀ ਡ੍ਰਿਪ ਲੱਗਣੀ ਉਹ ਵੀ ਹੋ ਜਾਣਾ ਸੈੱਟ ਅਤੇ ਹੁਣ ਉਹ ਸਹੀ ਹੋ ਗਿਆ ਹੁਣ ਫਿਰ ਇਹ ਜਿਹੜੀ ਕੁੱਤੀ ਛੋਟੀ ਸੀ ਫਿਰ ਇਹਨੂੰ ਪੰਗਾ ਪੈ ਗਿਆ ਹਾਂ ਨਵਾਂ ਹੀ ਹੁਣ ਡਾਕਟਰ ਕੋਲ ਦਿਖਾਉਂਦੇ ਇਹਦਾ ਕੀ ਹੱਲ ਆ ਅਤੇ ਕੀ ਤਾਂ ਹੈਗੀ ਆ ਵਿਚਾਰੀ ਦੀਆਂ ਨਿੱਕੀਆਂ ਨਿੱਕੀਆਂ ਤਾਂ ਇੱਥੋਂ ਫੜ ਲਿਆ ਕਰਕੇ ਕੁੱਤੇ ਨੇ ਇੱਦਾਂ ਇੱਦਾਂ ਕੀਤਾ ਕੁੱਤੀ ਦੇ ਵੀ ਨਾ ਇੱਥੇ ਨਿਸ਼ਾਨ ਪਏ ਆ ਕੁੱਤੀ ਨੂੰ ਵੀ ਮੈਂ ਵੇਖਿਆ ਉਹਦੇ ਵੀ ਇੱਥੇ ਨਾ ਦੰਦੀਆਂ ਵੱਡੀਆਂ ਹੋਈਆਂ ਜਦ ਕੋਈ ਕੁੱਤਾ ਆਇਆ ਜਾਂ ਕੋਈ ਕੁੱਤੀ ਆਈ ਆ ਬਾਕੀ ਪਤਾ ਨਹੀਂ ਹੁਣ ਕੱਲ੍ਹ ਨੂੰ ਮਿਲਦੇ ਹਾਂ ਫਿਰ ਡਾਕਟਰ ਕੋਲ ਲੈ ਕੇ ਜਾਂਦੇ ਹਾਂ ਖਾਉਂਦੇ ਹਾਂ ਚੈੱਕਅਪ ਕਰਾਉਂਦੇ ਹਾਂ ਮਿਲਦੇ ਹਾਂ ਕੱਲ੍ਹ